ਤੇ ਉਸ ਤੋਂ ਬਾਅਦ ਉੱਤੇ ਆ ਜਾਂਦਾ ਜੇ ਜਨਾਬ ਪਿਆਜ਼ ਜਿਹੜਾ ਇੱਕ ਇੱਕ ਲਾਏ ਅਸੀਂ ਪਹਿਲਾਂ ਦਾ ਤੇ ਇਹ ਅਲਹਮਦੁਲਿਲਾ ਸ਼ੁਕਰ ਅੱਲਾ ਪਾਕ ਦਾ ਆ ਚੈੱਕ ਕਰੋ ਹਾਂ ਜ਼ਰਾ ਤਕਰੀਬਨ 70% ਹੈ ਉਸ ਟਾਈਮ ਗਰਮੀ ਤੇ ਇਹਦੇ ਵਿੱਚ ਨਾ ਫੰਗਸ ਫੰਗਲ ਅਟੈਕ ਬਣਿਆ ਸੀ ਬਹੁਤ ਜ਼ਿਆਦਾ ਤੇ ਸ਼ੁਕਰ ਅੱਲਾ ਪਾਕ ਦਾ ਬਚ ਗਏ ਸੀ ਅਸੀਂ ਤੇ ਅਲਹਮਦੁਲਿਲਾ ਹੁਣ ਜਿਹੜਾ ਉਹ ਪਿਆਜ਼ ਰੈਡੀ ਕੰਡੀਸ਼ਨ ਆ ਲਾ ਰਿਹਾ ਵੇਖੋ ਗੰਡ ਬਣਾਉਣ ਲੱਗ ਪਏ ਆ ਕਹਿੰਦੇ ਉਹ ਗੰਡ ਬਣਦੀ ਹੈ ਵੀ ਤਕਰੀਬਨ ਹੋਰ ਮਹੀਨਾ ਡੇਢ ਹੋ ਰਹਾ ਹੈ ਤੇ ਅਲਹਮਦੁਲਿਲਾ ਬੜੀ ਸ਼ੁਕਰ ਹੈ ਮਾਲਕ ਦਾ ਅੱਲਾ ਪਾਕ ਨੇ ਜਿਹੜਾ ਹੈ ਕਹਿੰਦੇ ਇਹ ਆ ਗੰਡ ਵਾਲੇ ਪਾਸੇ ਆ ਗਏ ਤੇ ਰੇਟ ਵੀ ਜਾਂਦੇ ਤੇ ਆ ਨੇ ਬਲਾ ਚੱਲਦਾ ਪਿਆ ਚੰਗਾ ਅੱਛਾ ਚੱਲਦਾ ਪਿਆ ਤੇ ਇਹ ਰੁਟੀਨ ਹੈ ਫਿਲਹਾਲ ਪਿਆਜ਼ ਦੀ ਤੇ ਇੱਕ ਹੋਰ ਹੁਣ ਕੰਮ ਕਰਨ ਲੱਗੇ ਆ ਸੀ ਇਸ ਵਾਰੀ ਦੇ ਉੱਤੇ ਗੂੰ ਪਿਆਜ ਹੋਣ ਸਮਝੋ ਤਿਆਰ ਹੈ ਕਣਕ ਜਿਹੜੀ ਹੈ ਉਹ ਨਿਕਲਦੀ ਉੱਤੇ ਆਉਂਦੀ ਤੱਕ ਤਕਰੀਬਨ ਮਹੀਨਾ ਕੁ ਲੱਗ ਜਾਣਾ ਠੀਕ ਹੈ ਜੀ ਤੇ ਮਹੀਨੇ ਤੱਕ ਪਿਆਜ ਜਿਹੜਾ ਰੈਡੀ ਹੋ ਜਾਏਗਾ ਪਿਆਜ ਪਟੀ ਜਾਏ ਦਾ ਉਸ ਟਾਈਮ ਤੱਕ ਅਸੀਂ ਕੀ ਕਰਨ ਲੱਗੇ ਆ ਦੜ ਮਾਰਨੀ ਸ਼ੁਰੂ ਕਰ ਦਿੱਤੀ ਹੈ ਦੀ ਦੜ ਮਾਰ ਕੇ ਤੇ ਇਹਦੇ ਵਿੱਚ ਹੁਣ ਜਿਹੜਾ ਪਾਣੀ ਦਿਆਂ ਦੋ ਦੇ ਵਿੱਚ ਇੱਕ ਤੇ ਖਾਦ ਦਿਆਂ ਦੇ ਪਿੱਛੇ ਜਨਾਬ ਦਾ ਜੇ ਸਿਰਫ ਔਰ ਸਿਰਫ ਦੋ ਗੱਟੂ ਨਾਈਟਰੋਫਾਸ ਦੇ ਪਿਆ ਇੱਕ ਵਾਰੀ ਦੇ ਵਿੱਚ ਵਿੱਚ ਥੋੜ ਜਿਹਾ ਕੰਮ ਦੀ ਦਿਆਤੀ ਦੀ ਵਜ੍ਹਾ ਤੋਂ इनू नहीं दे सकिया खाद बहुत फिर भी शुकर है मकदो अलहमदुल्ला गंड तैयार है बस कम नेडे लगा पे <laughs> अल्लाह ख्याल रख महीने डेढ़ महीना क डेढ़ लग ही जाने फिर भी इनू दड़ मारद पे मैं तुम तो जी चीज़ बना चाह रहा सो दड़ मारद ना पे ए सारी दड़ भी बजती है ਠੀਕ ਹੋ ਗਿਆ ਐਂ ਜੇ ਨੂੰ ਜ਼ਮੀਨ ਨੂੰ ਸਾਰੀ ਦੜ ਮਾਰਦੇ ਨੇ ਮਾਰ ਕੇ ਹੁਣ ਜਿਹੜੀ ਵਾਰੀ ਆਉਣੀ ਤਰੇ ਚਾਰ ਦਿਨ ਬਾਅਦ ਵਾਲੀ ਇਹਦੇ ਉੱਤੇ ਇੱਕ ਤੇ ਪਿਆਜ਼ ਨੂੰ ਪਾਣੀ ਲੱਗਣਾ ਹੈ ਪਾਣੀ ਦੇਣਾ ਨਾਲ ਇਹਨੂੰ ਮੇਰਾ ਇਰਾਦਾ ਤੇ ਜ਼ਰਖੇਜ਼ ਪਲੱਸ ਦਾ ਇੱਕ ਕਟੂ ਜ਼ਰਖੇਜ਼ ਪਲੱਸ ਦਾ ਬਾਕੀ ਫਿਰ ਰੂਟੀਨ ਵੇਖਾਂ ਦੇ ਕੀ ਹੁੰਦਾ ਤੇ ਉਤੂ ਜਿਹੜਾ ਪਾਣੀ ਲਾ ਕੇ ਜਿਹੜਾ ਜੇ ਇਹਨਾਂ ਖੀਦੀਆਂ ਦੇ ਵਿੱਚ ਕਣਕ ਛੱਟ ਦਿਆਂ ਦੇ ਇੱਕ ਮਣ ਜਿਹੜਾ ਏਕੜ ਦਾ ਇੱਕ ਮਾਣ ਏਕੜ ਦਾ ਕਣਕ ਦੇ ਵਿੱਚ ਛੱਟਦੇ ਆ ਦੇਖਣਾ ਕਿ ਨਿਕਲਦੀ ਟੁਰਦੀ ਕਰਦੀ ਤੱਕ ਕੀ ਕਰਾਂਦੇ ਪਿਆਜ਼ ਪਟੀ ਜੈਦਾ ਪਿਆਜ਼ ਪਟੀ ਜੈਦਾ ਪਿੱਛੇ ਕਣਕ ਰੇੜੀ ਤਿਆਰ ਹੋ ਜਾਈਦੀ ਤੇ ਜਿਹੜੀ ਨਾਲੀਆਂ ਦੇ ਵਿੱਚ ਖੁਰਾਕ ਪਈ ਉਹ ਕਣਕ ਚਾਲੇਦੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਇੰਟਰ ਕ੍ਰੌਪਿੰਗ ਹੋ ਜਾਏਗੀ ਤੇ ਫਿਰ ਹਾਲ ਹਾਲ ਅਲਹਮਦੁਲਿਲਾ ਰੂਟੀਨ ਵੀ ਚੱਲਦੀ ਹੈ ਜਨਾਬ ਪਿਆਜ਼ ਦੀ ਸ਼ੁਕਰ ਹੈ ਰੱਬ ਦੀ ਜ਼ਾਤ ਦਾ ਇਸ ਤੋਂ ਉੱਤੇ ਜਿਹੜਾ ਜੇ ਉਹ ਫਿਰ ਇੱਕ ਏਕੜ ਕਣਕ ਹੀ ਹੈ ਉਹ ਕਣਕ ਜਿਹੜੀ ਸੀ ਆਹ ਲੀਆਂ ਆਖਿਆ ਪੱਠਾ ਗੜਨੇ ਨੇ ਉਹਨਾਂ ਫਿਰ ਦੋਕ ਨਾਲ ਪੱਠਾ ਗੱਡੇ ਨੇ ਆਪਣੇ ਬਾਕੀ ਮੁੰਨਾ ਏਕੜ ਕਣਕ ਇਹ ਵੀ ਇੱਕ ਬਰ ਉਨੀ ਹੈ ਉਸ ਤੋਂ ਉੱਤੇ ਫਿਰ ਮਰਚ ਲੂੰਗੀ ਦੇ ਹੱਥ ਥੋੜੇ ਮਾੜੇ ਹੋ ਗਏ ਸਨ ਕੰਮ ਯਸ ਤੋਂ ਨਹੀਂ ਸੀ ਕਰ ਰਹੀ ਤੇ ਅਸਾਂ ਫਿਰ ਆਖਿਆ ਸੀ ਆਪੀ ਐਸ 2 ਕਰ ਛੜੀਏ ਇਹਨੂੰ ਤੇ ਉਹਦੇ ਖੀਰੀ ਸਾਰੇ ਛੱਟ ਗਏ ਤੇ ਉਹਦੇ ਵਿੱਚ ਵੀ ਕਣਕ ਛੱਟ ਦਿੱਤੀ ਤੇ ਇਹ ਕਣਕ ਤੇ ਮਾਸ਼ਾਅੱਲਾ ਹੁਣ ਬੂਟੇ ਤੇ ਆ ਗਈ ਹੈ ਰੱਖ ਦਿਓ ਵਿੱਚ ਵਿੱਚ ਥੋੜਾ ਜਿਹਾ ਹੈ ਸੀ ਫਰਕ ਲੱਗਾ ਬੀਜ ਛੱਟਣ ਵਿੱਚ ਤੇ ਫਿਰ ਉਤੋਂ ਦੁਬਾਰਾ ਜਿਹੜਾ ਨਾ ਉਹ ਛਟਾਇਆ ਦਾਣਾ ਦਾਣਾ ਤੇ ਹੁਣ ਲਖਾਇਰ ਰੱਖੇ ਤੇ ਅਲਹਮਦੁਲਿਲਾ ਕਾਮਯਾਬ ਸੀ ਠੀਕ ਹੈ ਤੇ ਹੁਣ ਅੱਗੇ ਚਲੀਏ ਜਨਾਬ ਵੀਡੀਓ ਅੱਜ ਲੰਬੀ ਹੋ ਜਾਣੀ ਹੈ ਤੇ ਇਹ ਨਾ ਕਰਿਓ ਕਿ ਬਈ ਆਖੋ ਵੀਡੀਓ ਅੱਜ ਬਾਲੀ ਲੰਮੀ ਕਰ ਛੜੀਂ ਬਾਬਾ ਦਿਨ ਬਾਦ ਬਣਾਈਏ ਪਾਰਟ 2 ਕਰ ਛੜਾਂਦੇ ਫਿਰ ਹੁਣ ਹੀ ਗਿਆ ਦੋ ਟੋਟੇ ਕਰਕੇ ਚਾੜਾਂਗੇ ਅਲਾ ਇਹ ਆਪਣਾ ਆ ਗਈ ਜਨਾਬ ਕਣਕ ਅੱਲਾ ਖੈਰ ਰੱਖੇ ਮੈਂ ਥੋੜੇ ਨੁਕਰ ਨੁਕਰ ਖਾਲੀ ਸੜਾ ਰੀਆਂ ਆਖਿਆ ਜਨਾਬ ਅਸੀਂ ਇੱਥੇ ਤੂਰੀਆ ਛੱਡ ਛੜੀਂ ਮੈਂ ਕਹ ਜੀ ਛੱਡ ਲਓ ਤੁਸੀਂ ਖੁਸ਼ ਹੋ ਲੋ ਥੋੜਾ ਜਿਹਾ ਅੰਬਾਕੀ ਆ ਉਹਨਾਂ ਦਾ ਗਿਆ ਕਾ ਆ ਗਿਆ ਜੀ ਅਸੀਂ ਇਹਨੂੰ ਪੱਠੇ ਆਨੇ ਆ ਪੰਜਾਬੀ ਵਿੱਚ ਤੇ ਸਿੰਧੀ ਵਿੱਚ ਆਂਦੇ ਨੇ ਜਨਾਬ ਕਾ ਅਸੀਂ ਕਾ ਕਿਸੇ ਹੋਰ ਨੂੰ ਆਨੇ ਆ ਜਿਹੜਾ ਥੱਲੇ ਬਨੇ ਹਥੁਕ ਦਾ ਇਹ ਆ ਗਿਆ ਇਸ ਤੋਂ ਉਪਰ ਆ ਗਿਆ ਜਨਾਬ ਲੋਂਗੀ ਲੋਂਗੀ ਰੈਡੀ ਹੈ ਬਿਜ ਥਲੀੋਂ ਕਣਕ ਦਾ ਨਿਕਲ ਆਇਆ ਹੈ ਸੂਈ ਮਾਰ ਆਇਆ ਬਲਕਿ ਨਿਕਲ ਵੀ ਆਇਆ ਤੇ ਹੁਣ ਇਸ ਵਾਰੀ ਤੇ ਪਾਣੀ ਕੋ ਨਹੀਂ ਦੇਣਾ ਇਹਨੂੰ ਕਿਉਂਕਿ ਇਹ ਲੂੰਗੀ ਦੀ ਚੁਣਾਈ ਕਰਨੀ ਹੈ ਐਲੋ ਆਜ ਉਹ ਵੇਂਦੋ ਪਖੀਰੀ ਜੇ ਦੋ ਚਾਰ ਰਹਿ ਗਏ ਸਨ ਤੇ ਪਾਣੀ ਸੀ ਤੇ ਛੱਡ ਦਿੱਤਾ ਸੀ ਵੀ ਇਹ ਵੇਂਦੋ ਪਕਣਕ ਇਹ ਕਣਕ ਵਿੱਚ ਉੱਗ ਗਈ ਆ ਹੁਣ ਕੀ ਕਰਾਂ ਤੇ ਲੂੰਗੀ ਰਹੀ ਰਵੇ ਦੀ ਜੇ ਅਗਰ ਫੋਲਿਸ਼ੋਲ ਕਰਦੀ ਰਵੇ ਤੇ ਠੀਕ ਕੰਮ ਚੱਲਦਾ ਰਵੇਦਾ ਨਹੀਂ ਤੇ ਜਿਹੜੇ ਜਿਵੇਂ ਇਹ ਬੂਟੇ ਸੜ ਗਏ ਸਨ ਅਸਲ ਵਿੱਚ ਇਹ ਸੜ ਬਹੁਤ ਗਏ ਸਨ ਤੇ ਜਿਵੇਂ ਜਿਵੇਂ ਸੜ ਗਏ ਸਨ ਉਹਦੀ ਵਜ੍ਹਾ ਤੋਂ ਕਰਕੇ ਫਿਰ ਇਹਨੂੰ ਅਸਾਂ ਕਿਹਾ ਕਿ ਇਹ ਬਜਾਏ ਹੁਣ ਅਗਾ ਕੰਮ ਲੌਂਗ ਟਰਮ ਇਸ ਕੋ ਨਹੀਂ ਚਲਾਣਾ ਤੇ ਬਿਹਤਰ ਹੈ ਕਿ ਇਹਨੂੰ ਜਿਹੜਾ ਕਰ ਦੇਈਏ ਜਿ슌 ਡਿਸ਼ੂ ਤੇ ਫਿਰ ਅਸਾਂ ਇਹ ਜੀ ਕਿਤਾ ਕਿ ਸਾਰੇ ਵਿੱਚੋਂ ਵੱਢ ਛੜੇ ਨੇ ਬੂਟੇ ਸੁੱਕੇ ਜਿਹੜਾ ਨੇ ਤੇ ਇਹਦੀ ਚੁਣਾਈ ਹੋ ਜਾਈ ਦੀ ਉਤੋਂ ਜਿਹੜਾ ਰੇ ਆ ਜਿਹੜੇ ਬੂਟੇ ਖੜੇ ਨੇ ਉਹ ਖੜੇ ਰਹਿਣ ਦੇ ਇਹ ਉਹ ਅਗਰ ਦਾਣਾ ਚਾਹੁੰਦੇ ਰਹਿਣ ਤਾਂ ਠੀਕ ਹੈ ਅਗਰ ਨਾ ਚਾਹੁੰਦੇ ਰਹਿਣ ਤਾਂ ਫਿਰ ਇਹਨਾਂ ਨੂੰ ਖਤਮ ਹੋ ਜਾਣ ਦੇ ਤੇ ਇਹਨਾਂ ਨੂੰ ਵੱਢ ਕੇ ਕੱਢ ਛੜਾਂ ਦੇ ਤੇ ਕਣਕ ਪਿੱਛੇ ਇੱਕੜ ਤਿਆਰ ਹੋ ਜਾਦਾ ਇਹ ਇੱਕ ਸ਼ਕੀਮ ਲੜਾਈ ਆ ਸਾ ਤੇ ਪਰਾਂ ਅੱਗੇ ਸਨਮ ਮਰੇ ਚ ਚੂੰਡੋਦੀ ਹੋ ਗਈ ਹੈ ਸਫਾਈ ਹੋਦੀ ਇੱਕ ਵਾਰੀ ਚੰਗੀ ਜੀ ਕਰ ਛੜੀ ਹੈ ਪਿੱਛੇ ਹੁਣ ਇਸ ਵਾਰੀ ਤੇ ਇਹਨੂੰ ਪਿਆਣਾ ਤੇ ਨਾਲ ਜਿਹੜਾ ਗੱਟੂ ਯੂਰੀਆ ਦਾ ਦੇਣਾ ਤਾਂ ਕਿ ਕੁਝ ਕੱਚ ਕਰ ਜਾਏ ਤੇ ਅਜੇ ਮਹੀਨਾ ਦੇ 15 ਦਿਨ ਆ ਨੇ ਵੇਖੋ ਵਿੱਚ ਹੋਰ ਨਾ ਵੇਖੋ ਤੇ ਵਿੱਚ ਆਵੰਦੇ ਪਕੜਣਾ ਗੜੀ ਕਣਾ ਕੁੱਗ ਗਈ ਹੈ ਅਲਹਮਦੁਲਿਲਾ ਕਣਾ ਬਲੀ ਉਗੀ ਆ ਚਲੋ ਅੱਲਾ ਖੈਰ ਰੱਖੇ ਤੇ ਮੇਰੇ ਖਿਆਲ ਨਾਲ ਸਾਨਮ ਵਾਲੇ ਪਾਸੇ ਜਾਣ ਦਾ ਜ਼ਰੂਰਤ ਚਲੋ ਆਓ ਚਲਦੇ ਆ ਉਹ ਵੀ ਵਿਜ਼ਿਟ ਕਰਦੇ ਆ ਇਹ ਜਨਾਬ 9 ਕਿੱਲੇ ਦੀ 9 ਏਕੜ ਦੀ ਪੱਟੀ ਸੀ ਜਿਹੜੀ ਸਿੱਧੀ ਸਿੱਧੀ ਤੁਹਾਨੂੰ ਮੈਂ ਉਹ ਐਂਡ ਪੋਜੀਸ਼ਨ ਤੋਂ ਲੈ ਕੇ ਆਇਆ ਤੇ ਯਾਰ ਇੰਡੀਆ ਨਾ ਦੀ ਹੁਣ ਵੀ ਮੰਗਦੇ ਨੇ ਆਂਦੇ ਨੇ ਇੱਥੇ ਵਟ ਕਰ ਛੜੀਏ ਵਟ ਕਰ ਛੜੀਏ ਤੇ ਉਹ ਅੱਜ ਦੇਣੇ ਆ ਤੇ ਵਟ ਕਰ ਛੜਨ ਦਾ ਚੰਗੀ ਗੱਲ ਹੈ ਅੱਛਾ ਉਸ ਤੋਂ ਬਾਅਦ ਆ ਗਿਆ ਦੂਸਰੀ ਹਾਈਬ੍ਰਿਡ ਹਾਈਬ੍ਰਿਡ ਨੂੰ ਵੀ ਇਸ ਵਾਰੀ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਲਾ ਕੇ ਯੂਰੀਆ ਦੇਣੇ ਆ ਸਕੇ ਗੱਟੂ ਤੇ ਨਾਲ ਇਹਨਾਂ ਨੰਨਿਆਂ ਬਸ ਥੋੜੀ ਥੋੜੀ ਹਲਕੀ ਹਲਕੀ ਜਿਹਾ ਦੜ ਲਾ ਛੜਨ काशा खत्म हो जाए नहीं माल अजे भी आवे यूरिया देना चाहिए अजे इनशाला कम यस टू ए वे अजे तो फिर जस्टू रहना चाहिए अज महीना और क्यों आ फुल अजे चांदी ये भी ਯੂਰੀਆ ਲੱਗ ਗਿਆ ਉਸੋ ਤੇ ਫੁੱਲ ਸ਼ੁਲ ਚਾਹੇ ਦੀ ਅਜੇ ਹੋਰ ਤੇ ਪਾਣੀ ਦੇਈਏ ਗੱਟੂ ਇੱਕ ਯੂਰੀਆ ਦਾ ਠੋਕ ਦੇਨੇ ਆ ਇਹਨੂੰ ਇਹ ਮਾਲ ਦੇਗੀ ਥੋੜਾ ਚੰਗਾ ਜੀ ਬਾਕੀ 3 ਕਿਲ ਉੱਤੇ ਬੋਗੇ ਤੇਰੇ ਕੋਲ ਨੇ ਤੇ ਉੱਥੇ ਹੁਣ ਸਟੰਦ ਜਾਣਾ ਕੋ ਨਹੀਂ ਹੋਣਾ ਚਾਹੀਏ ਜਾ ਕੇ ਚਾਹ ਬਣਾਈਏ ਤੇ ਚਾਹ ਪੀਵੀਏ ਚਾਹ ਚਾਹ ਤੇ ਚਾਹ ਤੁਸੀਂ ਵੀ ਭਾਈ ਸਰਦੀ ਹੈ ਤੇ ਚਾਹ ਹੈ ਤੇ ਚਾਹ ਤੋਂ ਬਿਗਿਆਰ ਤਾਂ ਫਿਰ ਸਾਹ ਕੋਈ ਨਹੀਂ ਹੈ ਚੰਗਾ ਜੀ ਅੱਲਾ ਹਾਫਿਜ਼ ਚਲੀਏ ਚੱਲ ਕੇ ਚਾਹ ਪੀ ਵੀਏ ਤਾਂ ਫਿਰ ਜਿਹੜਾ ਮਿਲਦੇ ਆ ਅੱਲਾ ਖੈਰ ਰੱਖੇ